ਬਹੁਤ ਸਾਰਾ ਮਾਣ ਸਾਡੀ ਭੈਣ ਬਹੁਤ ਸਾਰਾ ਮਾਣ ਸਾਡੇ ਬੱਚੇ ਕਰਕੇ ਗਏ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਦੇਖ ਰਿਹਾ ਸੀ ਕਿ ਭੈਣ ਹਾਲੇ ਤੱਕ ਆਏ ਨਹੀਂ ਕਰਮ ਦੇ ਸੌਦੇ ਮਿਲ ਜਾਂਦੇ ਕਰਮ ਦੇ ਸੌਦੇ ਮਿਲ ਜਾਂਦੇ ਜਦੋਂ ਸਰਕਾਰ ਮਿਲ ਜਾਵੇ ਇਹ ਦਿਲ ਦੇਣਾ ਹੀ ਪੈਂਦਾ ਹੈ ਜਦੋਂ ਦਿਲਦਾਰ ਮਿਲ ਜਾਵੇ ਸੋ ਟਾਈਮ ਦੇ ਮੁਤਾਬਕ ਇੱਕ ਦੋ ਕਲਾਮ ਤੁਹਾਡੀ ਖਿਦਮਤ 'ਚ ਹੋਰ ਨਜ਼ਰ ਕਰਨੇ ਆ ਵੰਗਾਂ ਵੰਗਾਂ ਤੋਂ ਬਾਅਦ ਕੁੰਡੀਆਂ ਫਿਰ ਤੁਹਾਤੋਂ ਇਜਾਜ਼ਤ ਲੈ ਲਵਾਂਗੇ ਜੀ ਨੱਚਦੇ ਮਲੰਗ ਕਹਿ ਕੇ ਕੁੱਤਾ ਨਰਦਾ ਬਣਾ ਲਾ ਸਾਹਿਬਾ ਨੱਕ ਵਿੱਚ ਕੋਕਾ ਹਾਂ ਮੇਰੇ ਨੱਕ ਵਿੱਚ ਨਥਲੀ ਮੇਰੇ ਕੰਨ ਵਿੱਚ ਝੁਮਕੇ ਪੈਰਾਂ ਵਿੱਚ ਝਾਂਜਰ ਪਾਈ ਹੋਈ ਹੈ ਆ ਜਾਓ ਜੀ ਨੇ ਇਸ਼ਕ ਦਾ ਨਜ਼ਾਰਾ ਲੁੱਟਣਾ ਮਨਸੂਰ ਵਾਲੀ ਸੂਲੀ ਲਾਈ ਹੋਈ ਹੈ ਪਾਉਂਦਾ ਕੋਈ ਕੋਈ ਯਾਰ ਵੰਗਾ ਇਸ਼ਕ ਦੀਆਂ ਸੱਜਣਾ ਤੇਰਾ ਦਰਸ਼ਨ ਕਰਨ ਲਈ ਮੈਨੂੰ ਕੀ ਰੂਪ ਬਟਾਉਣਾ ਪਿਆ ਸੱਜਣਾ ਹੋ ਗਿਆ
ਸਬਬ ਹੋ ਗਿਆ ਜੀਦਾ ਯਾਰ ਰਾਜ਼ੀ ਉਹ ਜੀਦਾ ਯਾਰ ਰਾਜ਼ੀ ਹੋਇਆ ਰਾਜ਼ੀ ਰੱਬ ਹੋ ਗਿਆ 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 ਅੱਜ ਬੁੱਲੇ ਦਾ ਫਕੀਰਾਂ ਨਾਲ ਸੰਗ ਹੋ ਗਿਆ ਮਲੰਗ ਹੋ ਗਿਆ ਉਹ ਬੰਨੇ ਘੁੰਗਰੂ ਤੇ ਮਸਤ ਮਲੰਗ ਹੋ ਗਿਆ ਕਾਦਰੀ ਘਰਾਣੇ ਵਿੱਚ ਮੰਗ ਹੋ ਗਿਆ ਫੁੱਲ ਕਾਦਰੀ ਘਰਾਣੇ ਵਿੱਚ ਮੰਗ ਹੋ ਗਿਆ ਫੁੱਲ ਕਾਦਰੀ ਘਰਾਣੇ ਵਿੱਚ ਫੁੱਲ ਕਾਦਰੀ ਘਰਾਣੇ ਵਿੱਚ ਮੰਗ ਹੋ ਗਿਆ ਬੁੱਲ ਕਾਦਰੀ ਘਰਾਣੇ ਵਿੱਚ ਸਾਵਾ ਕੋਈ ਰੰਗ ਪੀਲਾ ਕੋਈ ਲਾਲ ਗੁਲਾਬੀ ਕਰਦਾ ਏ 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 ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਬੁੱਲ ਕਾਦਰੀ ਬੁੱਲ ਕਾਦਰੀ ਘਰਾਣੇ ਵਿੱਚ ਮੰਗ ਹੋ ਗਿਆ ਬੁੱਲ ਕਾਦਰੀ ਘਰਾਣੇ ਵਿੱਚ ਪਾਉਂਦਾ ਕੋਈ ਕੋਈ ਯਾਰ ਵੰਗਾ ਇਸ਼ਕ ਦੀਆਂ ਯਾਰ ਬੰਗਾ ਇਸ਼ਕ ਦੀਆਂ
ਮੇਰੇ ਖਿਆਲ ਤੇ ਠੀਕ ਹੈ ਜੀ, ਇੰਨੀ ਹਾਜ਼ਰੀ ਮਨਜ਼ੂਰ ਕਰੋ। ਹਾਂਜੀ ਸਾਈਂ ਦੀ ਗੁੱਡੀ, ਕਿਉਂਕਿ 3 ਘੰਟੇ ਹੋ ਗਏ ਬਾਈ। ਸਾਈਂ ਦੀ ਗੁੱਡੀ ਸੁਣਾਓ ਜੀ। ਹਾਂਜੀ ਟੁਕੜੇ ਤੇ ਨੱਚਦਾ ਫਿਰ ਚਲੇ ਕਲਾਮ ਤੋਂ ਬਾਅਦ ਉਹ ਕਹਿ ਕੇ ਫਿਰ ਆਪਣਾ ਇਜਾਜ਼ਤ ਲੈਣੀ ਤੁਹਾਡੇ ਤੋਂ, ਕਿਉਂਕਿ ਟਾਈਮ ਬਹੁਤ ਹੋ ਗਿਆ, 1 ਵੱਜ ਗਿਆ। ਢੋਲਣਾ ਦੇ ਮੈਰ ਮਹਾ ਤੂੰ ਵੀ ਸਿੱਖ ਕਦੇ ਦੁੱਖ ਸੁੱਖ ਬੋਲਣਾ, ਤੇਰੇ ਬਿਨ ਨਹੀਂ ਨਹੀਂ ਜੀਣਾ ਮਰ ਜਾਣਾ। ਢੋਲਣਾ ਤੇਰੇ ਬਿਨ ਨਹੀਂ ਜੀਣਾ ਮਰ ਜਾਣਾ। ਢੋਲਣਾ ਹੁਸਨ ਪਹਾੜੋਂ ਕਾ, ਹੁਣ ਬੈਠ ਜਾਓ ਸੁਣਨਾ ਤੇ ਬਹਿ ਜਾਓ ਥੋੜੀ ਦੇਰ, ਮੂਡ ਬਣਿਆ ਬਹਿ ਜਾਓ ਤੁਸੀਂ, ਬਹਿ ਜਾਓ ਮੇਰਾ ਵੀਰ ਕੋਲੇ। ਹੁਸਨ ਪਹਾੜੋਂ ਕਾ ਕਿਆ ਕਹਿਣਾ ਕੇ ਬਾਰੋ ਮਹੀਨੇ ਯਹਾਂ ਮੌਸਮ ਜਾਣੋ ਕਾ ਕਿਆ ਕਹਿਣਾ ਕੇ ਬਾਰੋ ਮਹੀਨੇ ਯਹਾਂ ਮੌਸਮ ਜਾਣੋ ਕਾ ਕੋਰਾ ਖਲੀਫਾ ਜੀ। ਵੈਸੇ ਤੇ ਗਾਣੇ ਆ ਫਿਲਮੀ ਗਾਣੇ ਆ, ਲਤਾ ਮੰਗੇਸ਼ਕਰ ਜੀ ਨੇ ਗਾਇਆ, ਕੋਈ ਕਿਸ਼ੋਰ ਸਾਹਿਬ ਨੇ ਗਾਇਆ, ਪਰ ਜੇ ਇਹਦੀ ਰਮਜ਼ ਨੂੰ ਪਛਾਣਿਆ ਜਾਵੇ ਤੇ ਉਹ ਸਿੱਧੀ ਮੁਰਸ਼ਦ ਨਾਲ ਲੱਗਦੀ ਗੱਲ ਜਾਂਦੀ। ਹਾਏ ਹਾਏ ਗਾਣਾ ਕਿਸ਼ੋਰ ਸਾਹਿਬ ਦਾ ਇੱਕ, ਉਹਦਾ ਮੈਨੂੰ ਇੱਕ ਲਾਈਨ ਮੈਨੂੰ ਯਾਦ ਆਈ, ਕੋਰਾ ਕਾਗਜ਼ ਥਾ ਯੇ ਮਨ ਮੇਰਾ ਲਿਖਦੀਆਂ ਨਾ ਉਸ ਪੇ ਤੇਰਾ ਤੇਰਾ ਯਾਰ ਏਦਾਂ ਨਹੀਂ, ਮੈਨੂੰ ਮਜ਼ਾ ਨਹੀਂ ਆਉਣਾ, ਮੈਨੂੰ ਏਦਾਂ ਤੁਸੀਂ ਗਲਤ ਕੰਮ ਕਰਦੇ, ਬੈਠ ਜਾਓ ਇੱਕ ਜਗ੍ਹਾ ਬੈਠ ਕੇ, ਮੈਂ ਤਾਂ ਤੁਹਾਡੇ ਪਿਆਰ ਲਈ ਗਾ ਰਿਹਾ, ਪੈਸੇ ਵਾਲਾ ਮਾਮਲਾ ਨਹੀਂ ਹੈ ਇੱਥੇ, ਖੁਦਾ ਦੀ ਕਸਮ ਇੱਥੇ ਪਿਆਰ ਵਾਲਾ ਮਾਮਲਾ। ਹਾਂ ਅੱਛਾ ਜੀ, ਹਮੇ ਔਰ ਜੀਨੇ ਕੀ ਚਾਹਤ ਨਾ ਹੋਤੀ ਵੀ ਸੁਣਾ ਜੀ। ਸਾਵਨ ਕਾ ਮਹੀਨਾ ਪਵਨ ਕਰੇ ਸ਼ੋਰ, ਜੀਅਰਾ ਰਾਜੂ ਮੇਰੇ ਐਸੇ ਜੈਸੇ ਬਨ ਮਾਨਾ ਜੀ ਮੈਂ ਮੀਰਾਂ ਕੀ ਦਾਸੀ ਮੀਰਾਂ ਮੋਰੇ ਸਰਤਾਜ, ਜੋਗਣ ਬਣ ਕੇ ਨਾਚੂ ਮੈਂ ਮੀਰਾਂ ਕੇ ਦਰਬਾਰ, ਸਾਈਂ ਦੀਆਂ ਗੁੱਡੀਆਂ ਤੋਂ ਬਾਅਦ ਫਿਰ ਆਪਾਂ ਇੱਕ ਕਲਾਮ ਹੋਰ ਕਹਿੰਦੇ, ਤੁਹਾਡੀ ਫਰਮਾਇਸ਼ ਵੀ ਪੁੱਛੀ ਪੂਰੀ ਕਰਦੇ। ਓ ਮੇਰੇ ਸਾਈਂ ਦੀ ਗੁੱਡੀ, ਮੇਰੇ ਸਾਈਂ ਦੀ ਗੁੱਡੀ, ਓ ਮੇਰੇ ਪੀਰ ਦੀ ਗੁੱਡੀ, ਓ ਮੇਰੇ ਪੀਰ ਦੀ ਗੁੱਡੀ, ਓ ਮੇਰੇ ਪੀਰ ਦੀ ਗੁੱਡੀ,
ਬਣ ਜਾਂਦਾ ਉਹ ਜਿਹੜਾ ਪੀਰ ਦੀ ਫੁੱਟਦੀ ਬਣ ਜਾਂਦਾ ਉਹਦੀ ਡੋਰ ਵਿੱਚ ਆਣਿਆ ਨਹੀਂ ਟੁੱਟਦੀ ਸੂਲੀ ਚੜ ਜਾਂਦਾ ਉਹਦੀ ਲੜ ਜਾਂਦਾ ਉਹਦੀ ਡੋਰ ਵਿਚਾਲ ਮੇਰੇ ਸਾਈਂ ਦੀ ਕੁੜੀ ਮੇਰੇ ਸਾਈਂ ਦੀ ਕੁੜੀ ਸੱਚਾ ਆਸ਼ਿਕ ਉਹਨੂੰ ਇੱਕ ਬੰਦਾ ਪੁੱਛਦਾ ਹੈ
ਕਹਿੰਦਾ ਬਾਬਾ ਜੀ ਮਿਲਣਾ ਚੰਗਾ ਹੁੰਦਾ ਕਿ ਵਿਛੜਨਾ ਚੰਗਾ ਹੁੰਦਾ? ਇੱਕ ਮੇਰਾ ਸਵਾਲ ਹੈ ਕਿ ਮਿਲਣਾ ਚੰਗਾ ਹੈ ਕਿ ਵਿਛੜਨਾ ਚੰਗਾ ਹੈ? ਉਹ ਅੱਲਾ ਪਾਕ ਦਾ ਆਸ਼ਿਕ ਕਹਿਣ ਲੱਗਿਆ ਕਿ ਵਿਛੜਨਾ ਚੰਗਾ ਹੈ। ਬਾਬਾ ਜੀ ਕਮਾਲ ਕਰਦੇ ਹੋ, ਦੁਨੀਆ ਸਾਰੀ ਮਿਲਣ ਨੂੰ ਭੱਜੀ ਫਿਰਦੀ ਹੈ, ਮਿਲਣਾ ਚੰਗਾ, ਮਿਲਣਾ ਚੰਗਾ, ਮਿਲਣਾ ਚੰਗਾ, ਤੁਸੀਂ ਕਹਿੰਦੇ ਵਿਛੜਨਾ ਚੰਗਾ। ਵਿਛੜਨ ਦੇ ਵਿੱਚ ਕੀ ਮਜ਼ਾ ਹੈ? ਵਿਛੜਨਾ ਕਿਉਂ ਚੰਗਾ? ਆਪ ਕਹਿਣ ਲੱਗੇ ਜਦ ਤੱਕ ਵਿਛੋੜਾ ਨਹੀਂ ਨਾ ਪੈਂਦਾ ਉਦੋਂ ਤੱਕ ਰੋਣਾ ਨਹੀਂ ਆਉਂਦਾ, ਜਦ ਤੱਕ ਰੋਣਾ ਨਹੀਂ ਆਉਂਦਾ ਉਦੋਂ ਤੱਕ ਅੱਖਾਂ ਚੋਂ ਹੰਝੂ ਨਹੀਂ ਆਉਂਦੇ, ਜਦ ਤੱਕ ਅੱਖਾਂ ਚੋਂ ਹੰਝੂ ਨਹੀਂ ਆਉਂਦੇ ਉਦੋਂ ਤੱਕ ਅੱਖਾਂ ਪਾਕ ਨਹੀਂ ਹੁੰਦੀਆਂ, ਜਦ ਤੱਕ ਅੱਖਾਂ ਪਾਕ ਨਹੀਂ ਹੁੰਦੀਆਂ ਉਦੋਂ ਤੱਕ ਯਾਰ ਦਾ ਦੀਦਾਰ ਨਹੀਂ ਹੁੰਦਾ। ਨਾ ਜਾਣੇ ਕਿਉਂ ਦਿਲ ਯੇ ਆਵਾਜ਼ ਆਈ, ਮਿਲਨ ਸੇ ਹੈ ਬੜਕਰ ਤੁਮਹਾਰੀ ਜੁਦਾਈ, ਇਨ ਆਖੋਂ ਕੇ ਆਸੂ ਨਾ ਕਹਿਲਾ ਤੇ ਮੋਤੀ, ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ। ਤਾੜੀਆਂ। ਇੱਕ ਲੰਮ ਤੁਹਾਡੀ ਨਜ਼ਰ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾਂ, ਉਸ ਤੋਂ ਬਾਅਦ ਨੱਚਦੇ ਬਲੰਕ ਹੈ ਕਿ ਤੋਂ ਆ ਕੇ ਲੈਣ, ਕਸਮ ਰੱਬ ਦੀ। ਆ ਪੈਸੇ ਚੱਕ ਲਓ, ਕੰਮ ਆਉਣਗੇ ਤੁਹਾਡੇ, ਮੰਗਣੇ ਤੁਸੀਂ ਬਾਅਦ ਚ। ਹਾਂ ਵੇ ਕੁੰਡੇ ਟੁੱਟ ਗਏ ਜ਼ਰੀ ਪਾਉਂਦੇ ਕੁੰਡੀਆਂ, ਆਜੋ ਯਾਰ ਕੁੰਡੀਆਂ ਸੁਣਾਓ, ਇਹ ਕਿਹੜਾ ਕਦੋਂ ਲੈਣ ਜਾਣੀਆਂ, ਇਹ ਤੇ ਪਹਿਲਾਂ ਹੀ ਪਈਆਂ ਹੋਈਆਂ ਕੁੰਡੀਆਂ, ਪਿਆਰ ਦੀਆਂ ਕੁੰਡੀਆਂ। ਹਾਂ ਸਰਦਾਰ ਵਾਲੀ ਜੋ ਕੁਛ ਹੈ ਸਭ ਤੁਹਾਡੀਆਂ ਦੁਆਵਾਂ ਤੇ ਪਿਆਰ ਦੀ ਬਦੌਲਤ ਹੈ। ਲਵ ਯੂ, ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਮਿਹਰਬਾਨੀ। ਜਿੱਥੇ ਮਾਹੀ ਪੱਬ ਰੱਖਦਾ, ਜਿੱਥੇ ਮਾਹੀ ਪੱਬ ਰੱਖਦਾ, ਪੱਬ ਰੱਖਦਾ, ਉੱਥੇ ਉੱਗਦਾ ਸਰੂ ਦਾ ਬੂਟਾ, ਮੈਂ ਅੱਗ ਲਾਵਾਂ ਮਹਿਲਾਂ ਨੂੰ ਇਹ ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਕੋਠੇ ਤੇ ਕਾਨਾ ਏ ਕੋਠੇ ਤੇ ਕਾਨਾ, ਰੱਖਣਾ ਤੇ ਤੈਨੂੰ ਸੀ ਓਏ ਮੇਲਾ ਤੇ ਬਹਾਨਾ ਏ, ਵੇਖਣਾ ਤੇ ਤੈਨੂੰ ਸੀ, ਵੇਖਣਾ ਤੇ ਤੈਨੂੰ ਸੀ ਮੇਲਾ ਤੇ ਬਹਾਨਾ, ਰਾਂਝੇ ਦੇ ਦਰਦਾਂ ਕੇ ਹੀਰਾਂ ਦਿੱਤੀਆਂ ਇਹੋ ਦੁਹਾਈਆਂ ਨੇ, ਦੇ ਯਾਰਾ ਤੇਰੀ ਯਾਰੀ ਨੇ ਮੇਰੇ ਯਾਰ ਦੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਇਆ ਨੇ।
ਆਪਣਾ ਬਣਾ ਲਓ ਤੇ ਜਾਂ ਫਿਰ ਕਿਸੇ ਦੇ ਹੋ ਜਾਓ, ਗੱਲਾਂ ਹੀ ਦੋ ਐ। ਉਹ ਕਹਿੰਦੀ ਮੈਂ ਤੇ ਮੰਨਦੀ ਹਾਂ, ਮੈਂ ਤੇਰੀ ਹਾਂ, ਪਰ ਜਦ ਤੱਕ ਤੂੰ ਨਹੀਂ ਕਹਿੰਦਾ ਤੂੰ ਮੇਰੀ ਆ, ਉਦੋਂ ਤੱਕ ਮੈਂ ਕਿੱਦਾਂ ਮੰਨਾਂ ਕਿ ਮੈਂ ਤੇਰੀ ਹਾਂ। ਮੇਰੇ ਕਹਿਣ ਨਾਲ ਗੱਲ ਨਹੀਂ ਬਣਨੀ, ਗੱਲ ਤੇਰਿਆਂ ਮੁਕਾਇਆ ਮੁਕਣੀ। ਮੈਂ ਤੇ ਕਹਾਂ ਤੇਰੀ, ਤੂੰ ਵੀ ਆਖ ਤੇਰੀ। ਮੈਂ ਤੇ ਕਹਾਂ ਤੇਰੀ, ਤੂੰ ਵੀ ਆਖ ਮੇਰੀ। ਪੀਚੀ ਹੋਈ ਤੇਰੀ ਜ਼ੁਲਫ ਦੇ ਪੇਚ ਦੀ, ਤੇਰਾ ਨਾਮ ਗੁਜ਼ਰ ਗੁਜ਼ਰਾਨ ਮੇਰਾ, ਨਾ ਕੁਝ ਪੱਲੇ ਨਾ ਕੁਝ ਵੇਚ ਦੀਆਂ। ਝਾੜੂ ਟੋਕਰੀ ਵਾਲੜੀ ਸਮਝ ਮੈਨੂੰ, ਕਦੋਂ ਆਖਦੀ ਮੈਂ ਤੇਰੇ ਵੇਚ ਦੀਆਂ। ਜੇ ਝਾੜੂ ਟੋਕਰੀ, ਝਾੜੂ ਟੋਕਰੀ ਵਾਲੀ ਸਮਝ ਮੈਨੂੰ
झाड़ू टोकरी झाड़ू टोकरी ने झाड़ू टोकरी झाड़ू टोकरी वालड़ी समझ मैनू कदों आख दी मैं तेरे मेच दिया एवें लोक मैनू सरदार आखन मैं तो मंगती सजन दे देश दिया मैं ते मन दिया नहीं तेरे मेच दी खुश रख जड़ी तेनू कोई पल्ले नहीं सौगा हूं लाई भमसी ने भावे दरो तक भावे यारा तेरी साढ़े दिल नु कुंडिया सुनो लोग कहते फकीरी एवं मिल जाती पुछो जिन्होंने रात जागियां आह किवें मिलदी फकीरी नचोड़ के रख दिंदे हाँ अच्छा जी मेहरबानी हाँ जी हाँ की दसीए के साडे उत्ते की बीतीए मेरे यार ने पिलाई असा ता पीतीए ओ मेरे यार ने पिलाई असा ता पीतीए सोने यार ने पिलाई असा ता पीतीए लाडी साई ने पिलाई असा ता पीतीए ओ मेरे साई ने पिलाई असा ता पीतीए ਨੱਚਦੇ ਮਲੰਗ ਸੁਣਨਾ ਕਿ ਕਸਮ ਰੱਬ ਦੀ ਸੁਣਨਾ ਇੱਕੋ ਹੀ ਗਾਉਣਾ ਹਾਂਜੀ ਕਸਮ ਰੱਬ ਦੀ ਪੱਕਾ ਅੱਛਾ ਜੀ ਨੱਚਦੇ ਮਲੰਗ ਹਾਂਜੀ ਕਿਹੜਾ ਜੀ ਘੜੇ ਦਾ ਨਹੀਂ ਟਾਈਮ ਹੋਇਆ ਲੰਘ ਗਿਆ ਟਾਈਮ ਦਾ एक सुन लो बस देखो मैं जे जिते वाकई तुहानू लगे कि मैं जोर ला के गाया फिर तो एक ही काफी है जे इदां लगता भी बस एवें ही काम फिर भावें सारी गत गाई चलो क्यों जी जोर ला के गाया मेहरबानी बजाओ ताड़ी फिर हाँ जी मेहरबानी जगपाल मेरा वीर इन्हें एक नवा म्यूजिक ट्रैक रिलीज हाँ जी करता दिता पहला अच्छा
ओके की टाइटल है मापिया छा मापिया दी एक मामा वास्ते बहुत सोहना गाना इस मुंडे ने गाया जी इस भीड़ भड़के के शोर शराबे के दौर से इदा के गाने सुनने चाहिए जनाब मैं मेरी तो पूरी सपोर्ट है तुसी भी करो सपोर्ट है शेयर भी करो फेसबुक का जमाना है तो जरूर फेसबुक से शेयर करो ठीक है लो गाना सुनो कसम रब दी एक ही कलाम गाना बस उस तो फिर आगे लगे कसम रब दी वे कुंडे टुट गए जरीबां दे वे माया तेनू कसम लगे हाल सुन ले गरीबां दे वे माया तेनू कसम लगे हाल सुन ले गरीबां दे वे कितों लियांदी है रूह माया वे कितों लियांदी है रूह माया वे एक सोना तू लगदे अते दूजा भी तू माया दो पत्र अनारां दे दो पत्र अनारां दे ਸਾਡੀ ਗਲੀ ਲੰਘ ਸੱਜਣਾ ਦੁੱਖ ਟੁੱਟਣ ਬਿਮਾਰਾਂ ਦੇ ਓਏ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਣ ਬਿਮਾਰਾਂ ਦੇ ਕੋਈ ਤਾਰ ਸਰੰਗੀਆਂ ਦੀ ਵੇ 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 ਕੋਈ ਤਾਰ ਸਰੰਗੀਆਂ ਦੀ ਇੱਕ ਵੇ ਮੈਂ ਤੇਰੀ ਨੌਕਰ ਤੇ ਦੂਜੀ ਤੇਰੇ ਸੰਗੀਆਂ ਦੀ ਕਈ ਬੰਦਿਆਂ ਦਾ ਕੀ ਕੰਮ ਹੈ ਕਿ ਜੀ ਪੀਰ ਬਣਾ ਲਓ ਤੇ ਸਾਰੇ ਸਿਆਪੇ ਗਲੋਂ ਲਾ ਲਓ ਪੀਰ ਬਣਾ ਲਿਆ ਤੇ ਹੁਣ ਬਾਬਾ ਜੀ ਗਲਤੀਆਂ ਕਰੂੰਗਾ ਮੈਂ ਤੇ ਮਾਫੀਆਂ ਮੰਗੋਗੇ ਤੁਸੀਂ ਕਿਉਂ ਜੀ ਗੁਨਾਹ ਕਰੂੰਗਾ ਮੈਂ ਤੇ ਨੱਕ ਰਗੜੋਗੇ ਤੁਸੀਂ ਤੁਹਾਨੂੰ ਪੀਰ ਜੋ ਬਣਾ ਲਿਆ ਆਪਾਂ ਤਾਂ ਹੁਣ ਫਾਰਗ ਹਾਂ ਹਜ਼ਰ ਨਿਜ਼ਾਮਉਦੀਨ ਔਲੀਆ ਮਹਿਬੂਬ ਇਲਾਹੀ ਦਿੱਲੀ ਬੈਠੇ ਇਹ ਤਕਰੀਰ ਫਰਮਾ ਰਹੇ ਆਪਣੇ ਮੁਰੀਦਾਂ ਨੂੰ ਸਾਹਮਣੇ ਦਰਵਾਜ਼ਾ ਮੁਰੀਦਾਂ ਦਾ ਇੱਧਰ ਨੂੰ ਮੂੰਹ ਆ ਸਰਕਾਰ ਦਾ ਦਰਵਾਜ਼ੇ ਵੱਲ ਮੂੰਹ ਆ ਉੱਠਦੇ ਆ ਬੈਠ ਜਾਂਦੇ ਆ ਫਿਰ ਉੱਠਦੇ ਆ ਬੈਠ ਜਾਂਦੇ ਆ ਫਿਰ ਉੱਠਦੇ ਆ ਬੈਠ ਜਾਂਦੇ ਆ ਤਿੰਨ ਚਾਰ ਵਾਰ ਇੱਦਾਂ ਹੋਇਆ ਤਕਰੀਰ ਖਤਮ ਹੋਣ ਤੋਂ ਬਾਅਦ ਮੁਰੀਦ ਪੁੱਛਣ ਲੱਗੇ ਕਹਿੰਦੇ ਸਰਕਾਰ ਅੱਜ ਤੱਕ ਕਦੇ ਇੱਦਾਂ ਦੇਖਿਆ ਨਹੀਂ ਤੁਹਾਨੂੰ ਕਦੇ ਉੱਠਦੇ ਹੋ ਫਿਰ ਬੈਠ ਜਾਂਦੇ ਹੋ ਉੱਠਦੇ ਹੋ ਫਿਰ ਬੈਠ ਜਾਂਦੇ ਹੋ ਗੱਲ ਕੀ ਹੈ ਸਰਕਾਰ ਕਹਿਣ ਲੱਗੇ ਗੱਲ ਤਾਂ ਕੁਛ ਨਹੀਂ ਉਹ ਦਰਵਾਜ਼ੇ ਵਿੱਚੋਂ ਇੱਕ ਕੁੱਤਾ ਲੰਘਦਾ ਸੀ ਜਦੋਂ ਕੁੱਤਾ ਦਰਵਾਜ਼ੇ ਦੇ ਸਾਹਮਣੇ ਆਉਂਦਾ ਸੀ ਮੈਂ ਉੱਠ ਕੇ ਖੜਾ ਹੋ ਜਾਂਦਾ ਸੀ ਕੁੱਤਾ ਨਿਕਲ ਜਾਂਦਾ ਸੀ ਮੈਂ ਬੈਠ ਜਾਂਦਾ ਸੀ ਕੁੱਤਾ ਫਿਰ ਵਾਪਸ ਆ ਗਿਆ ਫਿਰ ਲੰਘਿਆ ਫਿਰ ਉੱਠ ਕੇ ਖੜੇ ਹੋ ਗਏ ਤਿੰਨ ਚਾਰ ਵਾਰ ਇੱਦਾਂ ਹੀ ਹੋਇਆ ਕੁੱਤਾ ਲੰਘਦਾ ਗਿਆ ਤੇ ਅਸੀਂ ਉੱਠ ਕੇ ਖੜੇ ਹੁੰਦੇ ਰਹੇ ਕਹਿੰਦੇ ਸਰਕਾਰ ਕੁੱਤੇ 'ਚ ਐਸੀ ਕਿਹੜੀ ਚੀਜ਼ ਸੀ ਕਹਿੰਦੇ ਅਸੀਂ ਕੁੱਤੇ ਦੀ ਤਾਜ਼ੀਮ 'ਚ ਖੜੇ ਹੁੰਦੇ ਸੀ ਕੁੱਤੇ ਦੇ ਅਦਬ 'ਚ ਖੜੇ ਹੁੰਦੇ ਸੀ ਕੁੱਤੇ ਦੀ ਤਾਜ਼ੀਮ 'ਚ ਖੜੇ ਹੁੰਦੇ ਸੀ ਕਿਉਂ ਕਿਉਂਕਿ ਇਹੋ ਜਿਹੀ ਨਸਲ ਦਾ ਕੁੱਤਾ ਪਾਕ ਪਤਨ ਮੇਰੇ ਪੀਰ ਬਾਬਾ ਫਰੀਦ ਦੇ ਦਰ 'ਚ ਰਹਿੰਦਾ
ਤੇ ਜਿੱਥੇ ਯਾਰੀ ਲੱਗ ਜੇ ਨਾ, ਜਿੱਥੇ ਸਿਰ ਰੱਖਤਾ, ਜਿਹੜੇ ਕਦਮਾਂ ਤੇ ਸਿਰ ਰੱਖਤਾ, ਉਸ ਦਰ ਦੇ ਕੁੱਤਿਆਂ ਨੂੰ ਵੀ ਸਲਾਮ ਕਰਨਾ ਪੈਂਦਾ। ਇੱਕ ਦਿਨ ਤੇਰੀ ਨੌਕਰ ਤੇ ਦੂਜੀ ਤੇਰੇ ਸੰਗੀਆਂ ਦੀ, ਗੱਡੀ ਆ ਗਈ ਸਟੇਸ਼ਨ ਤੇ ਪਰ ਹਟੀ ਵੇ ਬਾਬੂ ਸਾਨੂੰ ਮਾਇਆ ਵੇਖਣ ਤੇ, ਗੱਡੀ ਕਰਦੀ ਏ ਸ਼ੂਵੇ ਸ਼ੂ, ਗੱਡੀ ਕਰਦੀ ਏ ਸ਼ੂਵੇ ਸ਼ੂ, ਕੁੜੀਆਂ ਚੋਂ ਮੈਂ ਸੋਹਣੀ, ਮੁੰਡਿਆਂ ਚੋਂ ਸੋਹਣਾ, ਪੀਰ ਮੁਰੀ ਦੀ ਗੱਲ ਹੈ, ਕਸਮ ਰੱਬ ਦੀ ਨਾ ਰਹਿ ਪਾਵਾਂ। ਇਹ ਗਾਣਾ ਤੁਸੀਂ ਅੱਜ ਕੱਲ ਸੁਣ ਰਹੇ ਹੋ ਪੀਟੀਸੀ ਚੈਨਲ ਤੇ, ਰੋਜ਼ 8-10 ਵਾਰ ਆਉਂਦਾ ਪੀਟੀਸੀ ਸਟੂਡੀਓ ਕੋਲਮ ਦੇ ਵਿੱਚ, ਇਹਨੂੰ ਰਿਲੀਜ਼ ਕੀਤਾ ਪੀਟੀਸੀ ਚੈਨਲ ਨੇ, ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ, ਹੋਰ ਕਿਹੜਾ ਪੀਟੀਸੀ ਹੈ, ਗੋਲਡ, ਗੋਲਡ ਤੇ ਵੀ ਆਉਂਦਾ ਬਹੁਤ, ਪੀਟੀਸੀ ਨਿਊਜ਼ ਤੇ ਵੀ ਚੱਲਦਾ, ਜ਼ਰੂਰ ਸੁਣਿਓ ਜੀ ਸਾਰੇ, ਯੂਟਿਊਬ ਤੇ ਜ਼ਰੂਰ ਦੇਖਿਓ, ਫੇਸਬੁੱਕ ਤੇ ਜ਼ਰੂਰ ਦੇਖਿਓ, ਬੜੀ ਮਿਹਰਬਾਨੀ। ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ, ਕਸਮ ਰੱਬ ਦੀ ਮੇਰੇ ਕੋਲ ਤੈਨੂੰ ਤੱਕਦਾ ਰਵਾਂ, ਆ ਬੈਠ ਮੇਰੇ ਕੋਲ ਤੈਨੂੰ ਤੱਕਦਾ ਰਵਾਂ, ਤੈਨੂੰ ਤੱਕਦਾ ਰਵਾਂ, ਮੂੰਹੋਂ ਕੁਝ ਨਾ ਕਹਾਂ, ਕਸਮ ਰੱਬ ਦੀ ਨਾ ਰਹਿ ਪਾਵਾਂ। ਤਸਵੀਰ ਬਣਾਵਾ, ਜੀ ਕਰਦੇ ਮੇਰਾ ਤੈਨੂੰ ਵੇਖੀ ਜਾਵਾ, ਤੈਨੂੰ ਕੋਲ ਬਿਠਾ ਕੇ ਤਸਵੀਰ ਬਣਾਵਾ, ਜੀ ਕਰਦੇ ਮੇਰਾ ਜੋੜਾ ਪੈਰਾਂ ਦਾ,
ਦੋ ਲਾਈਨਾਂ ਸੁਣ ਕੇ ਜ਼ਰਾ ਤਵਜੋ ਇਸ ਪ੍ਰੋਗਰਾਮ ਦੀਆਂ ਆਖਰੀ ਦੋ ਲਾਈਨਾਂ ਪੇਸ਼ ਕਰ ਰਹੇ ਹਾਂ ਸਿਰ ਦਾ ਤਾਜ ਬਣਾ ਲੈ ਭਾਵੇਂ ਜੋੜਾ ਪੈਰਾਂ ਦਾ ਸਿਰ ਦਾ ਤਾਜ ਬਣਾ ਲੈ ਸਿਰ ਦਾ ਤਾਜ ਬਣਾ ਤਾਜ ਬਣਾ ਲੈ ਮੇਰੇ ਮਾਲਕਾ ਮੈਨੂੰ ਸਿਰ ਦਾ ਤਾਜ ਬਣਾ ਲੈ ਭਾਵੇਂ ਪੈਰਾਂ ਦੇ ਜੋੜਿਆਂ 'ਚ ਰੱਖ ਲੈ ਮਰਜ਼ੀ ਤੇਰੀ ਹੈ ਪਰ ਮੇਰੇ ਤੋਂ ਦੂਰ ਨਾ ਜਾਈ ਮੈਨੂੰ ਆਪਣੇ ਆਪ ਤੋਂ ਦੂਰ ਨਾ ਕਰੀ ਕਿਉਂ ਪੀੜ ਤੇਰੇ ਜਾਣ ਦੀ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ ਜੇ ਰੋਪਿਆ ਤੇ ਕਹਿਣਗੇ ਜੇ ਰੋਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਤੇ ਗਨਾ ਹੋ ਗਿਆ ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ ਸੱਜਣਾ ਜ਼ਰਾ ਕੁ ਠਹਿਰ ਜਾ ਸਜਦਾ ਤੇ ਕਰ ਨਮਾ ਲਫ਼ਜ਼ ਸੁਣ ਕੇ ਹਜ਼ੂਰ ਸੱਜਣਾ ਜ਼ਰਾ ਕੁ ਠਹਿਰ ਜਾ ਸਜਦਾ ਤੇ ਕਰ ਨਮਾ ਅਥਰੂ ਨਾ ਕੋਈ ਵੇਖ ਲੈ ਪਰਦਾ ਤੇ ਕਰ ਲਵਾਂ ਮਨਾਂ ਦਿਲਾਂ ਦੀ ਸੇਜ ਤੇ ਪੱਥਰ ਧਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ ਇਸੇ ਲਈ ਕਹਿੰਦਾ ਸਿਰ ਦਾ ਤਾਜ ਬਣਾ ਲੈ ਭਾਵੇਂ ਜੋੜਾ ਪੈਰਾਂ ਦਾ ਗੁਲਾਮਾਂ ਦੀ ਕੀ ਮਰਜ਼ੀ ਮੇਰੇ ਸਰਦਾਰ ਤੋਂ ਬਿਨਾ ਕਸਮ ਰੱਬ ਦੀ ਹਾਂ ਗੁਲਾਮਾਂ ਦੀ ਕੀ ਮਰਜ਼ੀ ਮੇਰੇ ਸਰਦਾਰ ਤੋਂ ਬਿਨਾ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ ਅੱਧੀ ਰਾਤੀ ਮਾਤਾ ਗੁਜਰੀ ਅੱਧੀ ਰਾਤੀ ਮਾਤਾ ਗੁਜਰੀ ਤੁਹਾਡੀ ਫਰਮਾਇਸ਼ ਤੇ ਪੇਸ਼ ਕਰ ਰਹੇ ਹਾਂ ਆਖਰ ਦੇ ਵਿੱਚ ਬੈਠੀ ਘੋੜੀਆਂ ਚੰਨਾ ਦੀ ਅਗਾਵੇ ਅੱਧੀ ਰਾਤੀ ਮਾਤਾ ਗੁਜਰੀ ਬੈਠੀ ਘੋੜੀਆਂ ਚੰਨਾ ਦੀ ਅਗਾਵੇ ਅੱਧੀ ਰਾਤੀ ਮਾਤਾ
गुजरी कैठी कोड़ी अचना दिया गावे माती माता गुजरी कैठी कोड़ी अचना दिया गावे अखां ते अतारे आता चानना नजर ना आवे छोटे साहबजादा का किस्सा हुजूर जदों माता गुजरी सुपना देख दिया कि छोटे साहबजादे ने सूबा सरहान वजीर खान ने नीहत चना दिता वो अपना सुपना साहब श्री गुरु गोबिंद सिंह नाल साझा कर दी है उस वेले दी गाथा जिहड़ी तुहाडी खिदमत पेश कर रहे हैं कल मैं सान लगी मेरे नाल हंसा दी जोड़ी कल मैं सान लगी मेरे नाल हंसा दी जोड़ी कंधे ते हाथ मार के कहती कल मैं वड़ा की लोड़ी कंधे ते हाथ मार के कहती कल मैं वड़ा की लोड़ी ढिड दा से मैथों से नवाब तमलेर कोटला ਆਦਾ ਨਾਰਾ ਬੱਚਿਆਂ ਤੇ ਲਾਇਆ ਨਵਾਬ ਤਾਂ ਮਲੇਰ ਕੋਟੜਾ ਆਦਾ ਨਾਰਾ ਬੱਚਿਆਂ ਤੇ ਲਾਇਆ ਨਵਾਬ ਤਾਂ ਮਲੇਰ ਕੋਟੜਾ ਆਦਾ ਨਾਰਾ ਬੱਚਿਆਂ ਤੇ ਲਾਇਆ ਕੋਟੜਾ ਐਵੇਂ ਹੀ ਦੁਨੀਆ ਭੁਲੇਖੇ ਤੁਰੀ ਫਿਰਦੀ ਹੈ ਚੰਦ ਕੁ ਲੋਕ ਹੈ ਚਾਰ ਕੁ ਲੋਕ ਨੇ ਜਿਹੜੇ ਭਾਵੇਂ ਮੁਸਲਮਾਨਾਂ ਦੇ ਲਾ ਲਓ ਅਤੇ ਭਾਵੇਂ ਸਿੱਖਾਂ ਦੇ ਲਾ ਲਓ ਭਾਵੇਂ ਹਿੰਦੂਆਂ ਦੇ ਲਾ ਲਓ ਉਹ ਚਾਰ ਪੰਜ ਦਸ ਕੁ ਲੋਕ ਹੈ ਜਿਹੜੇ ਸਾਰੇ ਧਰਮ ਨੂੰ ਆਪਣੀਆਂ ਉਂਗਲੀਆਂ ਦੇਣਾ ਚਾਹੁੰਦੇ ਆ ਸਾਨੂੰ ਤਾਂ ਪਤਾ ਨਹੀਂ ਹੁੰਦਾ ਮਾਮਲਾ ਕੀ ਹੈ ਅੱਜ ਤਾਂ ਨਾਅਰੇ ਲਾਉਣ ਵਾਲਿਆਂ ਚੋਂ ਜਾਂ ਬੋਲੇ ਸੋਨੇ ਹਾਲ ਕਹਿ ਦੇਣਾ ਜਾਂ ਫਿਰ ਨਾਰਾ ਤਕਬੀਰ ਕਹਿ ਦੇਣਾ ਪਤਾ ਕੁਛ ਵੀ ਨਹੀਂ ਹੁੰਦਾ ਵੀ ਹੋਇਆ ਕੀ ਹੈ ਮਾਮਲਾ ਬਾਅਦ 'ਚ ਕੁਛ ਹੋਰ ਹੀ ਨਿਕਲਦਾ ਜੇ ਸਿੱਖਾਂ ਤੇ ਮੁਸਲਮਾਨਾਂ ਦਾ ਕੋਈ ਝਗੜਾ ਹੁੰਦਾ ਮੈਂ ਅਕਸਰ ਗੱਲ ਕਰਦਾ ਫਿਰ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਹਜ਼ਰਤ ਮੀਆਂ ਮੀਰ ਤੋਂ ਕਿਉਂ ਰਖਾਇਆ ਜਾਂਦਾ ਭਾਈ ਨਬੀ ਖਾਂ ਤੇ ਗਨੀ ਖਾਂ ਦਾ ਪਰਿਵਾਰ ਸ਼ਹੀਦ ਕਿਉਂ ਹੁੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਕਿਉਂ ਕੱਢਿਆ ਜਾਂਦਾ ਨਵਾਬ ਸ਼ੇਰ ਖਾਨ ਮਰੇਰਕੋਟਲਾ ਵੱਲੋਂ ਬੱਚਿਆਂ ਦੇ ਹੱਕ 'ਚ ਹਾਅ ਦਾ ਨਾਰਾ ਕਿਉਂ ਮਾਰਿਆ ਜਾਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਦੀ ਬਾਣੀ ਦਰਜ ਕਿਉਂ ਹੁੰਦੀ ਇਹ ਤੇ ਚੰਦ ਲੋਕ ਨੇ ਜਿਹੜੇ ਸਾਨੂੰ ਨਚਾਉਂਦੇ ਫਿਰਦੇ ਆ ਮਸਜਿਦ ਲੱਖਾਂ ਦੀ ਹੋਵੇ ਭਾਵੇਂ ਬਣੀ ਹੋਈ ਮਸਜਿਦ ਲੱਖਾਂ ਦੀ ਹੋਵੇ ਭਾਵੇਂ ਬਣੀ ਹੋਈ ਹਿੰਦੂ ਸਿੱਖ ਦਾ ਉੱਥੇ ਨਹੀਂ ਜੀ ਜਾਂਦਾ ਗੁਰਦੁਆਰਾ ਮੰਦਿਰ ਮੋਤੀਆਂ ਨਾਲ ਹੋਵੇ ਭਾਵੇਂ ਜੜਿਆ ਹੋਇਆ ਮੁਸਲਮਾਨ ਦਾ ਉੱਥੇ ਨਹੀਂ ਜੀ ਜਾਂਦਾ ਇਸੇ ਲਈ ਤੇ ਖਵਾਜਾ ਗਰੀਬ ਨਵਾਜ਼ ਨੇ ਗੌਸਲ ਆਜ਼ਮ ਸਰਕਾਰ ਨੇ ਆ ਮੈਂ ਖਾਨ ਨੇ ਬਣਾ ਛੱਡੇ ਜਿਹੜਾ ਆਈ ਜਾਂਦਾ ਉਹੀ ਪੀ ਜਾਂਦਾ ਨਵਾਬ ਤਾਂ ਮਲੇਰ ਕੋਟੜਾ ਹਾ ਦਾ ਨਾਰਾ ਬੱਚਿਆ ਪਹਿਲਾਇਆ ਨਵਾਬ ਤਾਂ ਮਲੇਰ ਕੋਟੜਾ ਇਹਨਾਂ ਨੂੰ ਤੁਸੀਂ ਕਿਉਂ ਮਾਰਦੇ ਦੱਸੋ ਇਹਨਾਂ ਨੇ ਕਿ ਤੁਸਾਂ ਦਾ ਗਵਾਇਆ ਇਹਨਾਂ ਨੂੰ ਤੁਸੀਂ ਕਿਉਂ ਮਾਰਦੇ ਦੱਸੋ ਇਹਨਾਂ ਨੇ ਕਿ ਤੁਸਾਂ ਦਾ ਗਵਾਇਆ ਨਵਾਬ ਦੀ ਕੋਈ ਸੁਣੀ ਗੱਲ ਨਾ ਹੈ ਨਵਾਬ ਦੀ ਕੋਈ ਸੁਣੀ ਗੱਲ ਨਾ ਹੈ ਨਵਾਬ ਦੀ ਕੋਈ ਸੁਣੀ ਗੱਲ ਨਾ ਇਸ ਗੱਲ ਦਾ ਕੀ ਕੀਤਾ ਜਾਵੇ ਇਹਨੂੰ ਘੋੜੀ ਕਹਿੰਦੇ ਛੋਟੇ ਸਾਹਿਬਜ਼ਾਦਿਆਂ ਦੀ ਘੋੜੀ ਇਹ ਮੇਰੇ ਦਾਦਾ ਜੀ ਉਸਤਾਦ ਚਾਨਣ ਖਾਨ ਉਹਨਾਂ ਦਾ ਇਹ ਕਲਾਮ ਹੈ ਉਹਨਾਂ ਦਾ ਲਿਖਿਆ ਹੋਇਆ
1947 ਦੇ ਦੌਰਾਨ ਉਹ ਮਲੇਰਕੋਟਲਾ ਸ਼ਹਿਰ 'ਚ ਜ਼ਿਆਦਾ ਰਹੇ। ਚਾਨਣ ਨੇ ਸੱਚ ਆਖਿਆ, ਬੜਾ ਜ਼ੁਲਮ ਜ਼ਾਲਮਾਂ ਕੀਤਾ। ਅਲੀ ਅਲੀ ਖਾਨ ਜਾਂ ਮੁਹੰਮਦ ਆਪਣੇ ਨਾਮ ਦੇ ਨਾਲ ਲਾਉਣ ਨਾਲ ਕੋਈ ਮੁਸਲਮਾਨ ਥੋੜ੍ਹੀ ਬਣ ਜਾਂਦਾ। ਜਦ ਤੱਕ ਉਹ ਆਪਣੀ ਇਮਾਨ 'ਤੇ ਨਹੀਂ ਹੈ, ਰਸੂਲ ਪਾਕ ਦੀ ਸੁਨਤ 'ਤੇ ਨਹੀਂ ਹੈ, ਉਦੋਂ ਤੱਕ ਉਹ ਮੁਸਲਮਾਨ ਨਹੀਂ ਹੋ ਸਕਦਾ, ਭਾਵੇਂ ਜਿੰਨੇ ਮਰਜ਼ੀ ਨਾਮ ਰੱਖੀ ਜਾਵੇ। ਸਿੱਖ ਸਿੰਘ ਜਾਂ ਦਸਤਾਰ ਸਜਾਉਣ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ। ਪਰ ਮਜ਼ਹਬ ਕਦੇ ਕਿਸੇ 'ਤੇ ਜ਼ੁਲਮ ਨਹੀਂ ਕਰਦਾ। ਜ਼ੁਲਮ ਜਦੋਂ ਵੀ ਹੁੰਦਾ ਤਾਂ ਜ਼ਾਲਮਾਂ ਵੱਲੋਂ ਹੁੰਦਾ, ਤੇ ਜ਼ਾਲਮ ਦਾ ਕੋਈ ਮਜ਼ਹਬ ਨਹੀਂ ਹੁੰਦਾ, ਭੀੜ ਦਾ ਕੋਈ ਮਜ਼ਹਬ ਨਹੀਂ। ਸਾਨੂੰ ਕੀ ਪਤਾ ਕੋਈ ਮੁਸਲਮਾਨ ਸਿੱਖਾਂ ਦਾ ਬਾਣਾ ਪਾ ਕੇ ਸਿੱਖਾਂ 'ਤੇ ਜ਼ੁਲਮ ਕਰਦਾ ਹੋਵੇ, ਮੁਸਲਮਾਨਾਂ 'ਤੇ ਜ਼ੁਲਮ ਕਰਦਾ ਹੋਵੇ, ਕੋਈ ਸਿੱਖ ਮੁਸਲਮਾਨਾਂ ਦਾ ਬਾਣਾ ਪਾ ਕੇ ਸਿੱਖਾਂ 'ਤੇ ਜ਼ੁਲਮ ਕਰਦਾ ਹੋਵੇ, ਇਹਦਾ ਕੋਈ ਭਰੋਸਾ ਨਹੀਂ। ਕਿਉਂਕਿ ਇਨਸਾਨੀਅਤ ਦਾ ਤਕਾਜ਼ਾ ਹੈ ਕਿ ਮਜ਼ਹਬ ਕਦੇ ਕਿਸੇ 'ਤੇ ਜ਼ੁਲਮ ਨਹੀਂ ਕਰਦਾ। ਚਾਨਣ ਨੇ ਸੱਚ ਆਖਿਆ, ਮਲੇਰਕੋਟਲਾ ਇਸ ਗੱਲ ਦਾ ਸਬੂਤ ਹੈ। ਵਾਹਦ ਇੱਕੋ ਇੱਕ ਮਲੇਰਕੋਟਲਾ ਸ਼ਹਿਰ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਅਮਨ ਦਾ ਪ੍ਰਤੀਕ ਹੈ। ਚਾਨਣ ਨੇ ਸੱਚ ਆਖਿਆ, ਬੜਾ ਜ਼ੁਲਮ ਜ਼ਾਲਿਮਾ ਕੀਤਾ। ਗੁਰੂ ਜੀ ਦੇ ਬੱਚਿਆਂ ਨੇ ਬਸ ਪਿਆਲਾ ਸਬਰ ਦਾ ਪੀਤਾ। ਗੁਰੂ ਜੀ ਦੇ ਬੱਚਿਆਂ ਨੇ ਬਸ ਪਿਆਲਾ ਸਬਰ ਦਾ ਪੀਤਾ। ਉਹ ਰੰਗ ਦੇਖ ਕੁਦਰਤ ਦੇ, ਉਹਦੀ ਲਿਖਤ ਲੁਕਾਉਣ ਅੱਧੀ ਰਾਤੀ ਮਾਤਾ ਗੁਜਰੀ ਬੈਠੀ, ਅੱਧੀ ਰਾਤੀ ਮਾਤਾ ਗੁਜਰੀ ਬੈਠੀ, ਅੱਧੀ ਰਾਤੀ ਮਾਤਾ ਗੁਜਰੀ। ਠੀਕ ਹੈ ਜੀ, ਇੰਨੀ ਹਾਜ਼ਰੀ ਮਨਜ਼ੂਰ ਕਰੋ, ਬਹੁਤ ਜ਼ੋਰ ਲਾ ਕੇ ਗਾਇਆ। ਮਦਾ ਪੜ੍ਹ ਦਿਓ ਜੀ, ਮਦਾ ਰੁਕ ਜਾਓ, ਮੇਰੇ ਤੋਂ ਵੀ ਵੱਧ ਕਾਲੇ। ਰੋਟੀ ਬਣੀ ਹੈ ਬ੍ਰੇਕ ਹੋਣ ਵਾਲੀ, ਫਿਕਰ ਨਹੀਂ ਕਰਨਾ ਕਿਸੇ ਗੱਲ ਦਾ, ਕੋਈ ਲੋੜ ਨਹੀਂ ਕਰ ਜਾਂਦੀ। ਖਵਾਜਾ ਪੀਰ ਮੇਰਾ ਦਸਤਗੀਰ ਆਲਮ, ਖਵਾਜਾ ਪੀਰ ਮੇਰਾ ਦਸਤਗੀਰ ਜੀ। ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਤੁਸੀਂ ਬਹੁਤ ਪਿਆਰ ਦਿੱਤਾ, ਇਸੇ ਤਰ੍ਹਾਂ ਆਪਣਾ ਪਿਆਰ, ਆਪਣੀ ਮੁਹੱਬਤ, ਆਪਣੀਆਂ ਦੁਆਵਾਂ ਸਾਡੇ ਨਾਲ ਰੱਖਿਓ, ਮਿਹਰਬਾਨੀ ਹੈ, ਸ਼ੁਕਰਗੁਜ਼ਾਰ।